ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਥੋੜ੍ਹਾ ਜਿਹਾ ਸ਼ੋਰਟ ਜਿਹਾ ਲਾਈਵ ਬ੍ਰੋਡਕਾਸਟ ਕਰਨਾ ਚਾਹੁੰਦਾ ਭਈ, ਜਿਹੜਾ ਤੁਹਾਨੂੰ ਪਤਾ ਮੈਂ ਆਇਆ ਸੀ ਮੈਸੇਜ ਭਈ ਸੋਸ਼ਲ ਮੀਡੀਆ 'ਤੇ ਭਈ ਮੈਨੂੰ ਇੰਡੀਆ ਦੇ ਵਿੱਚ ਮੇਰਾ ਟਵਿੱਟਰ ਅਕਾਊਂਟ ਬਲੌਕ ਕੀਤਾ ਗਿਆ, ਬੈਨ ਕੀਤਾ ਗਿਆ। ਚਲੋ ਠੀਕ ਹੈ, ਉਹ ਨਹੀਂ ਕਰ ਦਿੱਤਾ ਬੈਨ, ਉਹ ਸਰਕਾਰਾਂ ਤੁਹਾਨੂੰ ਪਤਾ ਕਿੱਦਾਂ ਦੀਆਂ। ਜਿਹੜੀ ਮੇਰੀ ਆ ਬੇਨਤੀ ਆ ਹੁਣ, ਸਪੈਸ਼ਲ ਰਿਕੁਐਸਟ ਆ, ਕਈ ਸਾਡੇ ਵਿੱਚੋਂ ਜਿਹੜੇ ਕਹਿੰਦੇ ਵੀ ਪੰਥ ਦਰਦੀ ਆ ਜਾਂ ਕਹਿ ਲਓ ਵੀ ਆਪਣੇ ਆਪ ਨੂੰ ਜ਼ਿਆਦਾ ਸਮਝਦੇ ਭਈ, ਇਹਨਾਂ ਨੂੰ ਲੰਗਰ ਬਾਰੇ ਜ਼ਿਆਦਾ ਪਤਾ ਹੋਊਗਾ, ਭਈ ਕਹਿੰਦੇ ਭਈ ਤੁਸੀਂ ਹੋਰ ਲੰਗਰ ਛਕਾਓ ਇਹਨਾਂ ਨੂੰ। ਇਹਨਾਂ ਨੇ ਲੰਗਰ ਕਰਕੇ, ਤੁਸੀਂ ਜਿੰਨਾ ਮਰਜ਼ੀ ਲੰਗਰ ਛਕਾਇਆ ਅਤੇ ਇਹ ਤੁਹਾਨੂੰ ਬੈਨ ਕਰ ਦਿੱਤਾ। ਪਹਿਲੀ ਤਾਂ ਗੱਲ ਇਹ, ਅਸੀਂ ਸਰਕਾਰਾਂ ਨੂੰ ਕਦੀ ਲੰਗਰ ਛਕਾਉਂਦੇ ਨੀਗੇ। ਦੂਜੀ ਗੱਲ ਆ, ਜਿਹੜੇ ਮਾਸੂਮ ਆ, ਜਿਹੜੇ ਗਰੀਬ ਆ, ਜਿੰਨੇ ਵੀ ਸਾਡੇ ਉੱਪਰ ਕਹਿਰ ਹੋਏ ਆ, ਅਸੀਂ ਕਦੀ ਨਹੀਂ ਲੰਗਰ ਰੋਕੇ, ਕਦੀ ਨਹੀਂ ਲੰਗਰ ਰੋਕੇ, ਲੰਗਰ ਚੱਲਦੇ ਰਹੇ ਆ। ਸਾਰੇ ਇੰਡੀਆ ਦੇ ਵਿੱਚ ਗੁਰਦੁਆਰੇ ਹੈਗੇ ਆ, 84 ਮਗਰੋਂ ਵੀ ਲੰਗਰ ਚੱਲੇ, ਲੰਗਰ ਚੱਲੀ ਜਾਂਦੇ, ਲੰਗਰ ਚੱਲੀ ਜਾਣੇ, ਕਿਉਂਕਿ ਲੰਗਰ ਸਾਡਾ ਨੀਗਾ, ਲੰਗਰ ਗੁਰੂ ਕਾ ਲੰਗਰ ਆ। ਜਿੱਥੇ ਕੋਈ ਗਰੀਬ ਆ, ਜਿੱਥੇ ਕੋਈ ਮਾਸੂਮ ਆ, ਜਿੱਥੇ ਲੋੜ ਆ, ਇਹ ਲੰਗਰ ਦੇ ਵਿੱਚ ਇਹਦਾ ਕੋਈ ਗੱਲ ਹੀ ਨਹੀਂ ਆਉਂਦੀ। ਤੁਹਾਨੂੰ ਪਤਾ ਸਰਕਾਰਾਂ ਨੇ ਉੱਪਰ ਸਾਡੇ ਕਿੰਨੇ ਜ਼ੁਲਮ ਕੀਤੇ। ਸਾਡੇ ਗੁਰੂ ਸਾਹਿਬ ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੀ ਜਾਨ ਦੇ ਗਏ ਭਈ ਜਿਹੜਾ ਦੂਜਾ ਧਰਮ ਆਇਆ ਵੀ ਸਾਨੂੰ ਬਚਾਓ ਬਚਾਓ, ਅਤੇ ਅਸੀਂ ਲੰਗਰ ਛਕਣ ਤੋਂ ਡਰਦੇ ਹਾਂ। ਮਹਾਰਾਜਾ ਰਣਜੀਤ ਸਿੰਘ ਦੇਖ ਲਓ, ਰਾਜ ਦੇ ਕਿੰਨੇ ਤਰ੍ਹਾਂ ਦੇ ਉਹਨਾਂ ਦੇ ਥੱਲੇ ਸੀਗੇ, ਜਿਹੜੇ ਭਈ ਮੁਸਲਮਾਨ ਹਿੰਦੂ ਮਸੀਦਾਂ ਬਣਾਈਆਂ, ਮੰਦਰ ਬਣਾਏ, ਲੰਗਰ ਚਲਾਏ, ਲੰਗਰ ਕਦੀ ਰੋਕਿਆ ਨਹੀਂ ਗਾ। ਲੰਗਰ ਉਹਨਾਂ ਲਈ ਆ ਜਿਹੜੇ ਗਰੀਬ ਆ, ਲੰਗਰ ਉਹਨਾਂ ਲਈ ਆ ਜਿਹੜੇ ਵਿਚਾਰੇ ਭੁੱਖੇ ਆ, ਲੰਗਰ ਉਹਨਾਂ ਲਈ ਆ ਜਿਹਨਾਂ ਦੇ ਰੋਜ਼ ਆਪਣੇ ਬੱਚੇ ਦੇਖਦੇ ਭੁੱਖੇ, ਭਈ ਦੇਖਦੇ ਅਸੀਂ ਕੀ ਛਕਾਈਏ ਇਹਨਾਂ ਨੂੰ, ਅਤੇ ਲੰਗਰ ਉੱਥੇ ਆ ਗਿਆ, ਕੋਈ ਵੱਡੀ ਗੱਲ ਨਹੀਂ ਹੁੰਦੀ। ਲੰਗਰ ਇਹਦੇ ਵਿੱਚ ਤੁਸੀਂ ਲੰਗਰ ਬਲੇਮ ਕਰਨਾ ਜਾਂ ਸਾਡਾ ਮੇਰਾ ਬੈਨ ਆਪਣੇ ਮਤਲਬ ਲਈ ਯੂਜ਼ ਕਰਨਾ, ਗਲਤ ਮਤਲਬ ਲਈ, ਤੁਸੀਂ ਸਾਨੂੰ ਮੈਨੂੰ ਰੈਪ੍ਰਜੈਂਟ ਨਹੀਂ ਕਰਦੇ। ਨਾ ਕਿਸੇ ਧਰਮ ਨੂੰ ਗਾਲਾਂ ਕੱਢਣੀਆਂ, ਨਾ ਕਿਸੇ ਧਰਮ ਦੇ ਪਿੱਛੇ ਜਾਣਾ, ਨਾ ਕਿਸੇ ਗਰੀਬ ਨੂੰ ਪੈਣਾ ਗਲ ਪੈਣਾ, ਨਾ ਅਸੀਂ ਗਰੀਬ ਨੂੰ ਨਾ ਮਾਸੂਮ ਨੂੰ ਨਿਸ਼ਾਨਾ ਬਣਾਉਣਾ। ਮੈਂ ਦੇਖ ਕੇ ਹੈਰਾਨ ਹੋ ਗਿਆ ਭਈ, ਕਈ ਬੰਦੇ ਜਿਹੜੇ ਇੱਦਾਂ ਦੀਆਂ ਕਮੈਂਟਾਂ ਯੂਜ਼ ਕਰ ਸ਼ੇਅਰ ਕਰ ਰਹੇ ਆ ਲੰਗਰ ਦੇ ਖਿਲਾਫ਼। ਤਾਂ ਤੁਸੀਂ ਜਾਓ, ਤੁਸੀਂ ਜਾ ਕੇ ਜਿੱਥੇ ਲੰਗਰ ਚੱਲਦੇ ਆ ਸਾਰੇ ਇੰਡੀਆ ਵਿੱਚ ਗੁਰਦੁਆਰੇ ਸਾਹਿਬ ਆ, ਲੰਗਰ ਰੋਕਦਾ, ਜਾ ਕੇ ਲਿਖ ਦਿਓ ਬਸ ਸਿੱਖਾਂ ਦੇ ਲੰਗਰ ਆ, ਅਤੇ ਅਸੀਂ ਵੀ ਉਹ ਕਰ ਦੇਵਾਂਗੇ। ਲੰਗਰ ਇੱਕ ਸਿੱਖੀ ਦੀ ਬਹੁਤ ਵੱਡੀ ਨਿਸ਼ਾਨੀ ਆ ਇਨਸਾਨੀਅਤ ਦੀ, ਸਾਡੀ ਸਿੱਖੀ ਦੀ ਇਨਸਾਨੀਅਤ ਬਹੁਤ ਦੁਨੀਆ ਪਹਿਚਾਣਦੀ ਆ। ਇਹ ਜਿਹੜੀ ਇਨਸਾਨੀਅਤ ਆ, ਕਦੀ ਇੱਦਾਂ ਕਦੀ ਕਦੀ ਮਿਲਦੀ ਆ ਕਿਸੇ ਧਰਮਾਂ ਵਿੱਚੋਂ, ਭਈ ਦਿਨ ਦਿਹਾੜੀ ਸਰਬੱਤਾਂ ਭਲਾ ਮੰਗਦੇ, ਦਸਵੰਦ ਕੱਢਦੇ ਹਾਂ, ਦੋ ਵਾਰੀ ਕਹਿੰਦੇ ਅਸੀਂ ਸਵੇਰ ਨੂੰ ਸ਼ਾਮ ਨੂੰ ਅਰਦਾਸਾਂ ਵਿੱਚ ਸਰਬੱਤਾਂ ਭਲਾ, ਭਈ ਇਕੱਲਾ ਅਸੀਂ ਆਪਣਾ ਨਹੀਂ ਮੰਗਦੇ। ਪੰਜਾਬ ਦੇ ਵਿੱਚ ਬਹੁਤ ਕਮੀਆਂ, ਪਰ ਜਿਹਨੂੰ ਵੋਟਾਂ ਪਾਉਂਦੇ ਉਹਨੂੰ ਵੀ ਪੁੱਛੋ, ਅਸੀਂ ਵੀ ਬਹੁਤ ਪ੍ਰੋਜੈਕਟ ਕਰ ਰਹੇ ਹਾਂ, ਅਸੀਂ ਬਹੁਤ ਪ੍ਰੋਜੈਕਟ ਪੰਜਾਬ ਜਿਹੜੇ ਪ੍ਰੋਜੈਕਟ ਅਮਰਪ੍ਰੀਤ ਸਿੰਘ ਹੁਣੀ ਚਲਾਉਂਦੇ ਆ, ਬਹੁਤ ਚੜ੍ਹਦੀ ਕਲਾਂ ਪ੍ਰੋਜੈਕਟ ਚੱਲ ਰਿਹਾ। ਪਰ ਜਿਹੜੇ ਲੰਗਰ ਆ ਹੁਣ ਆਸਾਮ ਦੇ ਵਿੱਚ ਹੜ੍ਹ ਆਇਓ ਆ, ਜਿਹਨਾਂ ਨੂੰ ਪਾਣੀ ਨਹੀਂ ਮਿਲਦਾ ਪੀਣ ਨੂੰ, ਜਿਹੜੇ ਧਿਆਏ ਉੱਥੇ ਪਾਣੀ ਲੱਭਦੇ ਆ, ਜਦੋਂ ਬੋਤਲਾਂ ਪਾਣੀ ਦੀਆਂ ਵਰਤਾਉਂਦੇ ਸਾਡੇ ਸੇਵਾਦਾਰ, ਉਹਨਾਂ ਦੀ ਇੱਕ ਜਾਨ ਬਚਾਉਂਦੇ ਆ। ਜਦੋਂ ਅਸੀਂ ਕਹਿੰਦੇ ਭਈ ਰਾਜ ਕਰੇਗਾ ਖਾਲਸਾ, ਉਹਨਾਂ ਦੇ ਦਿਲ ਦੇ ਵਿੱਚ ਰਾਜ ਹੁੰਦਾ। ਪਰ ਜਿਹੜੇ ਮੈਂ ਅੱਜ ਕਹਿਣਾ ਚਾਹੁੰਦਾ ਭਈ, ਜਿਹੜਾ ਮੇਰਾ ਬੈਨ ਹੋਇਆ, ਮੇਰਾ ਬੈਨ ਮੈਂ ਆਪੇ ਹੀ ਮੈਂ ਭੁਗਤ ਲੈਣਾ, ਆਪੇ ਹੀ ਦੇਖ ਲਵਾਂ ਕਿੱਦਾਂ ਕਰਨਾ ਹੁਣ ਅਗਲਾ ਸਟੈਪ ਜਿਹੜਾ। ਪਰ ਮੇਰਾ ਬੈਨ ਆਪਣੇ ਦੀ ਜਿਹੜੇ ਯੂਜ਼ ਕਰ ਰਿਹਾ, ਗਲਤ ਪ੍ਰਚਾਰ ਕਰ ਰਿਹਾ ਇਸ ਵੇਲੇ ਲੰਗਰ ਦੇ ਖਿਲਾਫ਼ ਜਾਂ ਗੁਰੂਆਂ ਦੇ ਸਿਧਾਂਤਾਂ ਦੇ ਖਿਲਾਫ਼, ਲੰਗਰ ਦਾ ਕਿਉਂ ਬੰਦ ਕਰੋ, ਸਾਰੇ ਪਾਸੇ ਆ ਲੰਗਰ ਚਲਾ ਰਹੇ ਹਾਂ, ਤਾਂ ਹੀ ਦੇਖੋ ਕੀ ਕੀਤਾ ਤੁਹਾਡੇ ਉੱਪਰ। ਮੈਂ ਤਾਂ ਕਦੀ ਮੋਦੀ ਨੂੰ ਲੰਗਰ ਛਕਾਇਆ ਨਹੀਂ, ਨਾ ਬੀਜੇਪੀ ਵਾਲਿਆਂ ਨੂੰ ਛਕਾਇਆ, ਅਤੇ ਨਾ ਮੈਂ ਕਿਤੇ ਪੋਲੀਟੀਸ਼ੀਅਨ ਨੂੰ ਲੰਗਰ ਛਕਾਉਣ ਨੂੰ ਮੇਰਾ ਕੋਈ ਪ੍ਰੋਗਰਾਮ ਆ। ਅਸੀਂ ਜਦੋਂ ਕਦੀ ਆਪਣਾ ਇੱਦਾਂ ਦੇ ਬੰਦੇ ਗਰੀਬਾਂ ਨਿਸ਼ਾਨਾ ਬਣਾਉਂਦੇ ਹਾਂ ਭਾਈ ਲੰਗਰ ਬੰਦ ਕਰੋ, ਮਾਸੂਮਾਂ ਨੂੰ ਨਿਸ਼ਾਨਾ ਬਣਾਉਂਦੇ, ਅਸੀਂ ਵੀ ਕਿਹੜੇ ਰਸਤੇ ਤੁਰਦੇ ਹਾਂ, ਦੱਸ ਦਿਓ ਮੈਨੂੰ, ਜਿਹੜੇ ਸਾਡੇ ਦੁਸ਼ਮਣ ਉੱਦਾਂ ਨਹੀਂ ਬਣ ਗਏ ਅਸੀਂ ਫਿਰ, ਜਿਹੜੇ ਭਾਈ ਸਾਨੂੰ ਚਾਹੁੰਦੇ ਆ ਭਾਈ ਇਨਸਾਨੀਅਤ ਦੀ ਮਦਦ ਨਾ ਕਰੋ, ਆਪਣੀ ਪਿੱਠ ਦਿਖਾਲੋ, ਤਾਂ ਤੁਹਾਡਾ ਵੀ ਦਿਲ ਸੜਿਆ ਜਿਹਾ ਹੋਵੇ, ਸਾਰਿਆਂ ਨੂੰ ਦੇਖ ਕੇ ਤੁਸੀਂ ਨਫ਼ਰਤ ਕਰੋ, ਅਸੀਂ ਇਹ ਕਰ ਨਹੀਂ ਸਕਦੇ, ਅਸੀਂ ਸਿੱਖ ਹਾਂ, ਸਾਡੀ ਨਿਸ਼ਾਨੀ ਵੀ ਇਹ ਕਰਕੇ ਹੀ ਆ। ਸੋ ਲੰਗਰ ਇਸ ਵੇਲੇ ਮੇਰਾ ਬੈਨ ਦੇਖ ਕੇ
ਅਤੇ ਉਹਨੂੰ ਤੁਸੀਂ ਗਲਤ ਪਾਸੇ ਯੂਜ਼ ਕਰਨਾ ਲੰਗਰ ਦੇ ਖਿਲਾਫ, ਮੈਨੂੰ ਤੁਹਾਡੀ ਕੋਈ ਲੋੜ ਨਹੀਂ ਗੀ। ਅਤੇ ਜੇ ਤੁਸੀਂ ਨਹੀਂ ਕਰਨਾ ਨਾ ਕਰੋ, ਤੁਹਾਨੂੰ ਕਹਿੰਦੇ ਕਿਹਾ ਜਾ ਕੇ ਲੰਗਰ ਛਕਾਓ, ਜੇ ਤੁਹਾਡੇ ਵਿੱਚ ਕੋਈ ਜਾਨ ਹੀ ਨਹੀਂ। ਨਾਲੇ ਇੱਕ ਪਾਸੇ ਕਹਿੰਦੇ ਦੇਗ ਤੇਗ ਫਤਿਹ, ਤੁਹਾਡੇ ਕੋਲੋਂ ਦੇਗ ਨਹੀਂ ਪਰਤਾ ਹੁੰਦੀ, ਤੁਸੀਂ ਤੇਗ ਕਿੱਦਾਂ ਚੱਕੋਗੇ? ਅਤੇ ਇਹ ਕੋਨਸੈਪਟ ਇੱਕ ਆ, ਮੈਂ ਤਾਂ ਹਰ ਵਾਰੀ ਕਹਿੰਦਾ ਦੇਗ ਤੇਗ ਫਤਿਹ, ਇੱਕ ਪਾਸੇ ਦੇਗ ਦੂਜੇ ਪਾਸੇ ਤੇਗ, ਦੋਨੇ ਚੱਕਣੀਆਂ ਪੈਂਦੀਆਂ। ਪਰ ਜਿਹਨਾਂ ਨੂੰ ਭਾਈ ਕਹਿ ਲਓ ਭਾਈ ਕੜਛ ਵੀ ਚੱਕ ਹੋਣੀ ਜਿਹਨਾਂ ਕੋਲੋਂ, ਫਿਰ ਦੂਜੇ ਇਨਸਾਨੀਅਤ ਨੂੰ ਲੰਗਰ ਵਰਤਾਉਣ ਨੂੰ ਤੇਗ ਕਿੱਦਾਂ ਚੱਕੋਗੇ? ਸੋ ਸਾਨੂੰ ਸੋਚਣਾ ਪੈਣਾ ਸਾਡਾ ਕੋਨਸੈਪਟ ਦੇਗ ਤੇਗ ਫਤਿਹ ਸਰਬੱਤ ਦਾ ਭਲਾ, ਇਹਦਾ ਮਤਲਬ ਵੀ ਕਈ ਕੋਈ ਸਾਡੇ ਖਿਲਾਫ਼ ਕੋਈ ਸਰਕਾਰ ਕਰੇ ਐਕਸ਼ਨ ਤਾਂ ਅਸੀਂ ਸਾਰੇ ਮਸੂਮਾਂ ਨੂੰ ਇੱਕ ਇੱਕ ਨਿਸ਼ਾਨਾ ਬਣਾ ਦਈਏ, ਲਓ ਜੀ ਲੰਗਰ ਰੋਕ ਲਓ, ਹਰਿਮੰਦਰ ਸਾਹਿਬ ਸਾਰੇ ਆਉਂਦੇ ਲੰਗਰ ਛਕਣ, ਗੁਰਦੁਆਰੇ ਭਰੇ ਇੰਡੀਆ ਦੇ ਵਿੱਚ ਲੰਗਰ ਛਕਣ ਨੂੰ, ਹਿੰਦੂ ਮੁਸਲਮਾਨ ਇਸਾਈ ਸਾਰੇ ਆਉਂਦੇ। ਅਤੇ ਲੰਗਰ ਇਹ ਇੱਕ ਬਹੁਤ ਵਧੀਆ, ਬਹੁਤ ਸੁੰਦਰ, ਬਹੁਤ ਮਹਾਨ ਕੋਨਸੈਪਟ ਆ ਇਨਸਾਨੀਅਤ ਦਾ, ਇੱਕ ਸਾਡੀ ਨਿਸ਼ਾਨੀ ਆ। ਹੁਣ ਦੇਖੋ ਕਿੰਨੇ ਅਮਰੀਕਾ ਵਿੱਚ, UK ਵਿੱਚ, US ਵਿੱਚ, ਯੂਰਪ 'ਚ ਕਿੰਨੇ ਲੰਗਰਾਂ ਦੇ ਗਰੁੱਪ ਆ, ਹਜ਼ਾਰਾਂ ਹੋਣੇ, ਹਜ਼ਾਰਾਂ, ਇਕੱਲੇ ਖਾਲਸਾ ਐਡ ਨਹੀਂ, ਬਹੁਤ ਚੜ੍ਹਦੀ ਕਲਾ ਸੇਵਾ ਕਰ ਰਹੇ। ਅਸੀਂ ਉਹਨਾਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ, ਤਹਿ ਦਿਲੋਂ। ਕੋਈ ਲੰਗਰ ਇੱਕ ਸਾਨੂੰ ਨਿਸ਼ਾਨੀ ਵਧਾਉਂਦੀ ਆ, ਸਾਡਾ ਦੁਨੀਆ 'ਚ ਪਿਆਰ ਵਧਾਉਂਦੀ ਆ। ਸੋ ਅਸੀਂ ਇਹ ਕਹਿੰਦੇ ਭਾਈ ਸਾਡੇ ਉੱਪਰ ਜੋ ਸਾਨੂੰ ਹੋਇਆ ਸਾਡੇ ਉੱਪਰ, ਇਹਨੂੰ ਮਿਸਯੂਜ਼ ਕਰਨਾ ਤੁਸੀਂ ਸਾਡੇ ਲਈ ਮਿਸਯੂਜ਼ ਨਾ ਕਰੋ। ਜੋ ਤੁਸੀਂ ਆਪਣੇ ਲਈ ਗੰਦ ਪਾਉਣਾ, ਲੋਕਾਂ 'ਚ ਨਫ਼ਰਤ ਫੈਲ ਕਰਨੀ ਆ, ਉਹ ਤੁਸੀਂ ਕਰੀ ਜਾਓ, ਪਰ ਜਿਹੜਾ ਮੇਰਾ ਬੈਨ ਹੋਇਆ ਉਹ ਤੁਸੀਂ ਯੂਜ਼ ਨਹੀਂ ਕਰ ਸਕਦੇ ਭਾਈ, ਤੁਸੀਂ ਲੰਗਰ ਨਹੀਂ ਕਰ, ਲੰਗਰ ਚੁਕਾਉਣੇ ਇਹ ਕਰਕੇ ਉਹ ਕਰਕੇ, ਲੰਗਰ ਤਾਂ ਰੁਕਣਾ ਹੀ ਨਹੀਂ ਗਾ। ਅਸੀਂ ਤਾਂ ਕੌਣ, ਅਸੀਂ ਕੌਣ ਹੁੰਦੇ, ਗੁਰੂ ਸਾਹਿਬ ਨੇ ਲੰਗਰ ਤਾਂ ਚਲਾਏ ਗਏ। ਇੰਨਾ ਸਾਡੇ ਉੱਪਰ ਹੋਇਆ ਪਿਛਲੇ 3-4 ਸਾਲ ਦੇ, 300-400 ਸਾਲ ਦੇ ਵਿੱਚ, 300-400 ਸਾਲ ਕਹਿ ਲਓ, ਪਿਛਲੇ 300-400 ਸਾਲ ਹਾਂਜੀ ਕਹਿ ਲਓ, ਕਿੰਨੇ ਸਾਡੇ ਉੱਪਰ ਕਹਿ ਰਹੇ, ਕਦੀ ਰੋਕਿਆ ਕਿਸੇ ਨੇ ਲੰਗਰ, ਕਿਸੇ ਨੇ ਦਿੱਤੇ ਫਰਮਾਨ ਵੀ ਲੰਗਰ ਰੋਕ ਦਿਓ, ਕਿਸੇ ਨੇ ਕੋਈ ਆਰਡਰ ਦਿੱਤਾ ਕਹਿੰਦੇ ਵੀ ਲੰਗਰ ਰੋਕ ਦਿਓ, ਵੀ ਲੋਕਾਂ ਨੂੰ ਮਾਰ ਲੈਂਦੇ ਹੋ ਭੁੱਖੇ, ਐਕਚੁਅਲੀ ਲੰਗਰ ਹੋਰ ਚੱਲੇ। ਸੋ ਕੋਈ ਨਹੀਂ, ਸਾਡਾ ਹੋ ਗਿਆ ਬੈਨ, ਸਾਨੂੰ ਤੁਹਾਡੀ ਕੋਈ ਇੱਦਾਂ ਦੀ ਹਮਦਰਦੀ ਨਹੀਂ ਚਾਹੀਦੀ ਜਿੱਥੇ ਤੁਸੀਂ ਲੰਗਰ ਨੂੰ ਅਟੈਕ ਕਰਦੇ ਆ, ਜਿਹੜਾ ਵੀ ਗੁਰੂ ਦਾ ਇੱਕ ਦੁਨੀਆ ਨੂੰ ਬਹੁਤ ਵੱਡਾ ਤੋਹਫਾ ਆ। ਲੰਗਰ ਚੱਲਦੇ ਰਹਿਣੇ, ਹੋਰ ਵਧਾਓ। ਅਤੇ ਮੈਂ ਵੀ ਆਪਣੇ ਸੇਵਾਦਾਰ ਨੂੰ ਥੈਂਕ ਯੂ ਕਰਨਾ ਚਾਹੁੰਦਾ ਜਿਹੜੇ ਆਸਾਮ ਲੱਗੇ ਹੋ ਦਿਨ ਦਿਹਾੜੀ ਲੰਗਰ ਵਰਤਾਉਂਦੇ, ਪਾਣੀ ਵਰਤਾਉਂਦੇ। ਪਰ ਜਿਹੜਾ ਬੈਨ ਆ, ਕੋਈ ਨਹੀਂ, ਇੱਦਾਂ ਦੀ ਸਾਨੂੰ ਤਾਂ ਫੇਸ ਕਰਨੀਆਂ ਪੈਂਦੀਆਂ ਹੀ ਆ। ਕਿੰਨੇ ਸਿੱਖਾਂ ਦੇ ਗਰੁੱਪ ਬੈਨ ਹੋਏ ਆ, ਅਸੀਂ ਸੋਚਾਂਗੇ ਆਪਣਾ ਅਗਲਾ ਜਿਹੜਾ ਸਟੈਪ ਆ, ਪਰ ਇਹ ਬਹੁਤ ਜ਼ਰੂਰੀ ਆ। ਅਸੀਂ ਇਨਸਾਨੀਅਤ ਨੂੰ ਪਿੱਠ ਨਾ ਦਿਖਾਲੀਏ ਕਦੀ, ਜਿਹੜੀ ਸਾਡੇ ਉੱਪਰ ਜ਼ੁਲਮ ਕਰਦੀ ਸਰਕਾਰ ਉਹਨੂੰ ਚੈਲੰਜ ਕਰੋ। ਇਹਦਾ ਮਤਲਬ ਨਹੀਂ ਭਾਈ ਜਿਹੜੇ ਸਾਨੂੰ ਇੱਦਾਂ ਸਾਨੂੰ ਨਫ਼ਰਤ ਕਰਦੇ ਆ, ਅਸੀਂ ਵੀ ਨਫ਼ਰਤ ਵਾਲੇ ਬਣ ਜਾਈਏ, ਸਾਡੇ ਵੀ ਦਿਲ ਨਫ਼ਰਤ ਨਾਲ ਭਰੇ ਹੋਣ ਸਾਰਿਆਂ ਲਈ, ਇਹ ਕਦੀ ਸਿੱਖ ਨਹੀਂ ਕਰ ਸਕਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।